ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਗਟ ਸਿੰਘ ਭੁੱਲਰ। ਅੱਜ ਸਪੈਸ਼ਲੀ ਤੌਰ 'ਤੇ ਅਸੀਂ ਬਰਨਾਲਾ ਡਿਸਟ੍ਰਿਕਟ ਪਿੰਡ ਥੁੱਲੇਵਾਲ ਸਰਦਾਰ ਹਰਵੰਤ ਸਿੰਘ ਨੂੰ ਮਿਲਣ ਆਏ ਹਾਂ। ਮੇਰੀ ਤਾਂ ਹਿੰਮਤ ਨਹੀਂ ਹੋ ਰਹੀ ਵੀ ਮੈਂ ਇਸ ਬੂਟੇ ਬਾਰੇ ਕੀ ਜਾਣਕਾਰੀ ਦੇਵਾਂ ਤੁਹਾਨੂੰ, ਪਰ ਪਰਸਨਲੀ ਇੱਕ ਬਾਗਬਾਨੀ ਜਾਂ ਜਿਸ ਤਰ੍ਹਾਂ ਅਸੀਂ ਟਾਹਲੀਆਂ ਪੈਦਾ ਕਰਦੇ ਹਾਂ ਜਾਂ ਸ਼ਪੈਦੇ ਪੈਦਾ ਕਰਦੇ ਹਾਂ ਇੱਕ ਅਲਟਰਨੇਟਿਵ ਇਨਕਮ ਦੇ ਤੌਰ 'ਤੇ, ਵੀ ਕਈ ਵਾਰੀ ਕੀ ਹੁੰਦਾ ਵੀ ਸਾਡੇ ਕੋਲ ਥੋੜ੍ਹੀ ਜਿਹੀ ਥਾਂ ਹੁੰਦੀ ਹੈ, ਉੱਥੇ ਅਸੀਂ ਕੁਛ ਰੁੱਖ ਲਾਉਣੇ ਆ, ਉਹ ਇਸ ਪਰਪਸ ਤੋਂ ਲਾਉਣੇ ਆ ਕਿ ਜਦੋਂ ਇਹ ਵੱਡੇ ਹੋ ਜਾਣਗੇ ਸਾਨੂੰ ਇਨਕਮ ਦੇਣਗੇ। ਤਾਂ ਉਹ ਇਨਕਮ ਨੂੰ ਅਸੀਂ ਕਿੰਨਾ ਆਈਡੀਆ ਲਾ ਕੇ ਚੱਲਦੇ ਹਾਂ, 5,000, 7,000, ਜ਼ਿਆਦਾ ਤੋਂ ਜ਼ਿਆਦਾ ਟਾਹਲੀ ਚੰਗੀ ਹੈ ਤਾਂ 50,000। ਪਰ ਅੱਜ ਜਿਹੜੀ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਨਾ, ਮੈਂ ਚਾਹੁੰਦਾ ਕਿ ਸਰਦਾਰ ਹਰਵੰਤ ਸਿੰਘ ਖੁਦ ਦੱਸਣ ਕਿ ਪ੍ਰਤੀ ਏਕੜ ਇਸ ਬੂਟੇ ਦੀ ਇਨਕਮ ਕੀ ਹੈ ਅਤੇ ਇਹ ਬੂਟਾ ਹੈ ਕੀ ਹੈ ਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇਹ ਕੀ ਬੂਟਾ ਹੈ ਅਤੇ ਇਹਦੀ ਆਮਦਨੀ ਸਭ ਤੋਂ ਪਹਿਲਾਂ ਕੀ ਹੈ ਜੀ? ਇਹ ਬਹੁਤ ਵਧੀਆ ਬੂਟਾ ਜੀ, ਚੰਦਨ। ਅੱਛਾ, ਜਿਹਨੂੰ ਕੋਈ ਲੋਕ ਆਮ ਤੌਰ 'ਤੇ ਗੁਰਬਾਣੀ ਸੁਣਦੇ ਚੰਦਨ। ਹਾਂਜੀ, ਠੀਕ। ਜੈਸਾ ਹੋ ਜੇ ਕੋਈ ਚੰਦਨ ਦੇ ਨਜ਼ਦੀਕ ਬੂਟਾ ਹੁੰਦਾ, ਚੰਦਨ ਵਰਗਾ ਹੀ ਹੋ ਜਾਂਦਾ। ਠੀਕ ਹੈ। ਉਹ ਚੰਦਨ ਹੈ ਜਿਹਦੀ ਕੀਮਤ ਹੈ ਲੱਖਾਂ ਰੁਪਏ 'ਚ ਆ। ਜੇ ਆਪਾਂ ਇਹਨੂੰ 15 ਕੁ ਸਾਲ ਰੱਖ ਲਈਏ ਆਪਣੇ ਰਕਬੇ ਦੇ ਉੱਤੇ, ਇੱਕ ਏਕੜ ਆਪਾਂ ਇਹ ਸਪੈਸ਼ਲ ਬੀਜ ਲਈਏ ਤਾਂ ਕੋਈ 8-10 ਕਰੋੜ ਦੀ 15 ਸਾਲਾਂ ਵਿੱਚ ਇਹਦੀ ਆਪਾਂ ਨੂੰ ਇਨਕਮ ਪ੍ਰਾਪਤ ਹੋ ਸਕਦੀ ਹੈ। ਅੱਛਾ ਜੀ, ਆਪਾਂ ਗੱਲਾਂ ਕਰਦੇ ਹਾਂ ਅੱਜ ਕੱਲ੍ਹ, ਵੈਸੇ ਮੈਂ ਵੀ ਐਗਰੀਕਲਚਰ 'ਚ ਚੈਨਲ 'ਤੇ ਚੱਲ ਰਿਹਾ ਵਾਂ ਜਾਂ ਸੁਣਿਆ ਵੀ ਹੋਊਗਾ, ਆਪਾਂ ਕੋਈ 1-1.5 ਲੱਖ ਵਾਲੀ ਕਿਸਮ ਤਾਂ ਸੁਣੀ ਹੈ ਜਿਹੜੀ ਸਾਲ 'ਚ ਤੁਹਾਨੂੰ ਇਨਕਮ ਦੇ ਸਕਦੀ ਹੈ, ਪਰ ਖੁਦ ਮੇਰੇ ਲਈ ਇਹ ਬਿਲੀਵ ਕਰਨਾ ਔਖਾ। ਪਰ ਸਰਦਾਰ ਸਾਹਿਬ ਨੂੰ ਐਕਸਪੀਰੀਅੰਸ ਇਹਨਾਂ ਕਾਫੀ ਇਹਦੇ 'ਤੇ ਧੱਜ ਨੱਠ ਕੀਤੀ ਹੈ, ਇਹਨੂੰ ਪਤਾ ਕੀਤਾ, ਫਿਰ ਹੀ ਬੜਾ ਸ਼ੋਰਟੀ ਨਾਲ ਕਹਿ ਰਹੇ ਨੇ ਕਿ 8-10 ਕਰੋੜ ਰੁਪਈਆ, 8-10 ਕਰੋੜ ਰੁਪਈਆ 15 ਸਾਲ ਤੁਸੀਂ ਇਸ ਬੂਟੇ ਨੂੰ ਅਗਰ ਆਪਣੀ ਜ਼ਮੀਨ ਦੇ ਵਿੱਚ ਸਾਂਭ ਲੈਂਦੇ ਹੋ, ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਕਾਲੀ ਟਾਲੀ 20-25 ਸਾਲ ਤੱਕ ਲੈਂਦੀ ਹੈ ਤਿਆਰ ਹੋਣ ਦੇ ਵਿੱਚ, ਤਾਂ 20-50 ਹਜ਼ਾਰ ਦੀ ਵਿਕਦੀ ਹੈ। ਪਰ ਇਹ ਇਸ ਤਰੀਕੇ ਨਾਲ ਇਹ ਇੱਕ ਬੂਟਾ ਘੱਟੋ ਘੱਟ ਵੀ 3-7 ਲੱਖ ਰੁਪਏ ਦਾ, ਤਾਂ ਇਹਦਾ ਬੀਜ ਤੁਹਾਨੂੰ ਕਿੱਥੋਂ ਮਿਲਿਆ, ਇਹਦੀ ਨਰਸਰੀ ਤੁਹਾਨੂੰ ਕਿੱਥੋਂ ਮਿਲੀ ਅਤੇ ਕਿਸ ਤਰ੍ਹਾਂ ਤੁਸੀਂ ਇਸ ਬੂਟੇ ਵੱਲ ਉਤਸ਼ਾਹਿਤ ਹੋਏ, ਇਹਦੇ ਬਾਰੇ ਜਾਣਕਾਰੀ ਦਿਓ। ਜਿਹੜੀ ਦੀ ਨਰਸਰੀ ਆ ਹੁਣ ਤਾਂ ਆਪਣੀ ਪੰਜਾਬ ਗਵਰਨਮੈਂਟ ਹੀ ਦੇ ਰਹੀ ਆ, ਸਭ ਤੋਂ ਖੁਸ਼ ਦੀ ਗੱਲ ਤਾਂ ਇਹ ਆ। ਠੀਕ ਹੈ। ਉਹ ਪੰਜੋਲੀ ਜਿਹੜੀ ਹੈਗੀ ਆ ਨਰਸਰੀ, ਠੀਕ ਹੈ, ਜੋ ਕਿ ਤਲਵਾੜੇ ਦੇ ਨਜ਼ਦੀਕ ਪੈਂਦੀ ਆ, ਦਸੂਹੇ ਤੋਂ ਅੱਗੇ ਪੈਂਦੀ ਆ, ਠੀਕ ਹੈ, ਪਠਾਨਕੋਟ ਦੇ ਸੈਂਟਰ 'ਚ ਮਤਲਬ ਦਸੂਹੇ ਦੇ 'ਚ ਪੈਂਦੀ ਆ, ਠੀਕ ਹੈ। ਉੱਥੋਂ ਇਹ ਆਪਾਂ ਨੂੰ ਬੂਟਾ ਸਰਕਾਰੀ ਤੌਰ 'ਤੇ ਮਿਲ ਸਕਦਾ, ਪਰ ਅਸੀਂ ਗਾਹਾਂ ਨੂੰ ਇਹਦੇ ਬੂਟੇ ਆਪ ਤਿਆਰ ਕਰ ਰਹੇ ਜੋ ਕਿ ਕਿਸਾਨਾਂ ਨੂੰ ਦੇਵਾਂਗੇ ਅਤੇ ਲਗਵਾਵਾਂਗੇ। ਅੱਛਾ, ਪ੍ਰਤੀ ਬੂਟਾ ਜੇ ਆਪਾਂ ਕੋਸਟ ਦੀ ਗੱਲ ਕਰੀਏ ਤਾਂ ਕਿੰਨਾ ਕੁ ਮਹਿੰਗਾ ਮਿਲਦਾ ਜੀ ਇਹ? ਦੇਖੋ, ਗੌਰਮੈਂਟ ਦਾ ਜੋ ਹੁੰਦਾ ਗਾ ਉਹ ਤਾਂ ਆਪਾਂ ਨੂੰ ਬਹੁਤ ਹੀ ਘੱਟ ਰੇਟ ਦੇ ਉੱਤੇ ਕੋਈ 35-40 ਨੂੰ ਜਾਂ ਆਪਾਂ ਨੂੰ 50 ਨੂੰ ਬੂਟਾ ਪੈ ਜਾਂਦਾ, ਅਤੇ ਇਹਦਾ ਜੋ 35-40 ਰੁਪਏ ਆਪਾਂ ਨੂੰ ਪੈਂਦਾ ਬੂਟਾ, 50 ਰੁਪਏ ਇਹਦੀ ਸਬਸਿਡੀ ਵੀ 19 ਦੇ ਦਿੰਦੀ ਆ ਗੌਰਮੈਂਟ, ਇਹ ਤਾਂ ਬਿਲਕੁਲ ਫ੍ਰੀ ਆ। ਅੱਛਾ ਜੀ, ਚੰਦਨ ਦਾ ਬੂਟਾ ਤੁਹਾਨੂੰ ਬਿਲਕੁਲ ਫ੍ਰੀ ਮਿਲਣਾ, ਸਭ ਤੋਂ ਖੁਸ਼ੀ ਵਾਲੀ ਗੱਲ ਤਾਂ ਇਹ ਹੈ, ਅਤੇ ਨੰਬਰ 2 ਤੇ ਖੁਸ਼ੀ ਵਾਲੀ ਗੱਲ ਇਹ ਕਿ ਇਹ ਇੱਕ ਬੂਟਾ ਘੱਟੋ ਘੱਟ 3-7 ਲੱਖ ਰੁਪਏ ਦਾ। ਪਹਿਲਾਂ ਤਾਂ ਇਹ ਮੇਰੇ ਲਈ ਐਕਸਪੈਕਟ ਕਰਨਾ ਹੀ ਬੜਾ ਔਖਾ ਹੈ, ਮੇਰੇ ਲਈ ਸਮਝਣਾ ਹੀ ਬੜਾ ਔਖਾ ਹੈ ਵੀ ਪੰਜਾਬ ਦੇ ਵਿੱਚ ਚੰਦਨ ਦੀ ਖੇਤੀ ਹੋ ਰਹੀ ਹੈ, ਕਿਉਂਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਚੰਦਨ ਦਾ ਜਦੋਂ ਅਸੀਂ ਨਾਮ ਸੁਣਦੇ ਨਾ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਵਰੱਪਨ ਨਾਂ ਦਾ ਡਾਕੂ ਆਉਂਦਾ ਹੈ ਜਿਹੜਾ ਕਿ ਚੰਬਲ ਦੀਆਂ ਪਹਾੜੀਆਂ ਵਿੱਚ ਰਹਿੰਦਾ ਅਤੇ ਚੰਦਨ ਦੀ ਸਮਗਲਿੰਗ ਕਰਦਾ ਸੀ। ਉਹਨੂੰ ਅਸੀਂ ਮੰਨ ਲਿਆ ਵੀ ਉਹ ਇਨਵਾਇਰਮੈਂਟ ਹੈਗਾ, ਪਰ ਕਿੱਡੀ ਦਰਿਆਦਿਲੀ ਹੈ, ਕਿੱਡੀ ਦਲੇਰੀ ਹੈ ਇਹਨਾਂ ਦੇ ਵਿੱਚ ਕਿ ਇਹਨਾਂ ਚੰਦਨ ਦੀ ਜਿਹੜੀ ਕਾਸ਼ਤ ਆ ਪੰਜਾਬ ਵਿੱਚ ਕੀਤੀ। ਸਰਦਾਰ ਸਾਹਿਬ, ਕੋਈ ਸਮੱਸਿਆ ਇਸ ਬੂਟੇ ਨੂੰ ਪਾਲਣ ਦੇ ਦੌਰਾਨ ਆਈ ਹੋਵੇ, ਜਾਂ ਕੋਈ ਗਰਮੀ ਨਾ ਸਹਾਰ ਸਕਦਾ ਹੋਵੇ, ਜਾਂ ਕੋਈ ਠੰਡ ਨਾ ਸਹਾਰ ਸਕਦਾ ਹੋਵੇ, ਇਸ ਤਰ੍ਹਾਂ ਦੀ ਕੋਈ ਸਮੱਸਿਆ ਹੁਣ ਤੱਕ? 1% ਵੀ ਕੋਈ ਸਮੱਸਿਆ ਨਹੀਂ। ਅੱਛਾ, ਹਾਂਜੀ, ਨਾ ਕੋਈ ਗਰਮੀ ਦੀ, ਨਾ ਸਰਦੀ ਦੀ, ਨਾ ਸੰਭਾਲਣ ਦੀ, ਇਹ ਕੁਦਰਤੀ ਤੌਰ 'ਤੇ ਆਪਣੇ ਆਪ ਹੋ ਜਾਂਦਾ, ਇਹਨੂੰ ਕੋਈ ਪਾਣੀ ਦੀ ਵੀ ਜ਼ਰੂਰਤ ਨਹੀਂ। ਵੱਡੀ ਗੱਲ ਇਹ ਹੈਗੀ, ਬਾਕੀ ਮੈਡੀਸਨ ਆ ਆ ਜਿਹੜੇ ਪੱਤੇ ਦਿਖ ਰਹੇ ਆਪਾਂ ਨੂੰ, ਹਾਂਜੀ, ਇਹਦੀ ਆਪਾਂ ਚਾਹ ਬਣਾ ਕੇ ਪੀ ਸਕਦੇ ਹਾਂ ਜੀ, ਜਿਹੜੇ ਕਿ ਆਪਣੇ ਸਰੀਰ ਲਈ ਬਹੁਤ ਹੀ ਲਾਭਦਾਇਕ ਨੇ। ਤਾਂ ਇਹ ਫਿਰ ਜਿਹੜੀ ਚਾਹ ਬਣਾ ਕੇ ਪੀ ਸਕਦੇ, ਕੀ ਇਹਦੇ ਪੱਤਿਆਂ ਨੂੰ ਵੀ ਆਪਾਂ ਵੇਚ ਸਕਦੇ ਹਾਂ ਮਾਰਕੀਟ ਦੇ ਵਿੱਚ? ਹਾਂ, ਵਿਕਣਗੇ ਜੀ, ਚਾਹ ਦੇ ਤੌਰ 'ਤੇ ਵਿਕਣਗੇ। ਅੱਛਾ, ਗ੍ਰੀਨ ਟੀ ਦੇ ਤੌਰ 'ਤੇ ਅਲਟਰਨੇਟਿਵਲੀ ਨਹੀਂ, ਇੱਕ ਪਰਮਾਨੈਂਟਲੀ ਸੋਲਿਊਸ਼ਨ ਹੈਗਾ ਹੈਲਥ ਪ੍ਰੋਬਲਮਸ ਦਾ, ਇਹਦੇ ਪੱਤਿਆਂ ਦੀ ਚਾਹ ਬਣਾ ਕੇ ਪੀਣ ਨਾਲ ਬਹੁਤ ਜ਼ਿਆਦਾ ਬੈਨੀਫਿਟ ਹੁੰਦੇ ਨੇ। ਤਾਂ ਕਹਿਣ ਦਾ ਮਤਲਬ ਵੀ ਇਹ ਬੂਟਾ ਸਿਰਫ ਲੱਕੜ ਹੀ ਨਹੀਂ ਦਏਗਾ ਤੁਹਾਨੂੰ, ਤੁਹਾਨੂੰ ਇਸ ਬੂਟੇ ਤੋਂ ਪੱਤੇ ਵੀ ਮਿਲਣਗੇ ਜਿਹੜੇ ਕਿ ਤੁਹਾਡੀ ਕਮਾਈ ਦਾ ਸਾਧਨ ਬਣਨਗੇ। ਸੋ ਇਸ ਬੂਟੇ ਦੀ ਉਮਰ ਕੀ ਹੈ ਸਰਦਾਰ ਸਾਹਿਬ? ਇਸ ਬੂਟੇ 2 ਸਾਲ ਦੀ ਉਮਰ ਹੈ ਇਸ ਸਮੇਂ। ਇਹ ਬੂਟਾ 2 ਸਾਲ ਦਾ ਹੈ ਜੀ, ਤੇ ਮੈਂ ਮੰਨਦਾ ਕਿ ਟਾਹਲੀ ਵੀ ਤਕਰੀਬਨ ਇੰਨੀ ਕੋਈ ਹੁੰਦੀ ਹੈ 2 ਸਾਲ ਦੇ ਵਿੱਚ, ਜੇ ਆਪਾਂ ਚੰਗੀ ਦੀ ਗੱਲ ਕਰੀਏ, ਜਾਂ ਥੋੜਾ ਕੋਈ 4-5 ਫੁੱਟ ਵੱਧ ਹੋ ਜੂਗੀ। ਸੋ ਇੱਕ ਪਰਸਪੈਕਟਿਵ ਦੇਖਿਆ ਜਾਵੇ ਵੀ ਤੁਸੀਂ ਆਮਦਨ ਲੈਣੀ ਹੈ ਹੁਣ ਆਪਣੀ, ਤੁਸੀਂ ਦਰਖਤ ਕਿਹੜਾ ਚੂਜ਼ ਕਰਨਾ ਸਾਡੇ ਲਈ ਜ਼ਿਆਦਾ ਤੋਂ ਜ਼ਿਆਦਾ ਇੱਕ ਸ਼ਪੈਦਾ ਹੈਗਾ, ਜਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ
ਟਾਲੀ ਲਾ ਲੈਂਦੇ ਹਾਂ। ਹੱਦ ਤੋਂ ਹੱਦ ਕੋਈ 8-10 ਸਾਲ ਪਹਿਲਾਂ ਨਾ ਸਾਗਵਾਨ ਦਾ ਇੱਕ ਹਊਆ ਜਿਹਾ ਉੱਠਿਆ ਸੀ ਪੰਜਾਬ ਦੇ ਵਿੱਚ, ਪਰ ਇਹ ਇੱਕ ਟੋਟਲੀ ਅਮੇਜਿੰਗ ਫੈਕਟ ਹੈ ਕਿ ਸਰਦਾਰ ਸਾਹਿਬ ਨੇ ਇੱਕ FD ਕਰਾ ਰੱਖੀ ਹੈ ਆਪਣੇ ਪਰਿਵਾਰ ਦੇ ਲਈ, ਵੀ 15 ਸਾਲ ਬਾਅਦ ਜਦੋਂ ਚੰਦਨ ਤਿਆਰ ਹੋਏਗਾ ਕਰੀਬ 1 ਏਕੜ ਦੇ ਵਿੱਚੋਂ 8-10 ਕਰੋੜ ਰੁਪਏ ਦੀ ਇਨਕਮ ਹੋਏਗੀ। ਹੁਣ ਤੁਸੀਂ ਇਹ ਦੇਖੋ ਵੀ ਤੁਸੀਂ 1-2 ਲੱਖ ਵਾਲੀਆਂ ਫਸਲਾਂ ਦੀ ਖੇਤੀ ਕਰਨੀ ਹੈ, ਬਾਗਾਂ ਦੀ ਖੇਤੀ ਕਰਨੀ ਹੈ, ਕਿ ਕਰੋੜਾਂ ਰੁਪਈਆਂ ਵਾਲੇ ਬਾਗਾਂ ਦੀ ਖੇਤੀ ਕਰਨੀ ਹੈ। ਤਾਂ ਨੈਕਸਟ ਸਵਾਲ ਇਹ ਹੈਗਾ ਸਰਦਾਰ ਸਾਹਿਬ, ਕਿੰਨੇ ਰਕਬੇ ਦੇ ਵਿੱਚ ਤੁਸੀਂ ਚੰਦਨ ਦੀ ਕਾਸ਼ਤ ਕੀਤੀ ਇਸ ਟਾਈਮ? ਮੈਂ ਕੋਈ 1/2 ਏਕੜ 'ਚ ਕੀਤੀ ਆ, 250 ਬੂਟਾ ਲਾਇਆ। 250 ਨੂੰ ਗੁਣਾ ਕਰ ਲਿਆ ਜੇ 3 ਲੱਖ ਦੇ ਨਾਲ ਤੇ ਤੁਹਾਡੇ ਕਰੋੜ ਤਾਂ ਇਹੀ ਟੱਪ ਜਾਣਾ ਜੀ ਮੇਰੇ ਖਿਆਲ ਦੇ ਵਿੱਚ, 7 ਕਰੋੜ ਦਾ ਹੋ ਜਾਣਾ, 5-7 ਕਰੋੜ ਰੁਪਈਏ ਦਾ ਸਰਦਾਰ ਸਾਹਿਬ ਲਾਈ ਬੈਠੇ। ਹੁਣ ਚੋਰੀ ਨਾ ਪੱਟ ਕੇ ਲੈ ਜਾ ਜੇ, ਜੇ ਤੁਹਾਨੂੰ ਚਾਹੀਦੇ ਹੋਏ ਤਾਂ ਇਹ ਤੁਹਾਨੂੰ ਨਰਸਰੀ ਪ੍ਰੋਵਾਈਡ ਕਰਵਾ ਦੇਣਗੇ। ਵੈਸੇ ਇਹਨਾਂ ਦੱਸ ਵੀ ਦਿੱਤਾ ਵੀ ਜਿੱਥੋਂ ਇਹਦੇ ਜਿਹੜੇ ਬੂਟੇ ਹੈ ਫ੍ਰੀ ਆਫ ਕੋਸਟ ਹੀ ਕਹਿ ਲਓ, ਕਿਉਂਕਿ 30-35 ਰੁਪਏ ਦਾ ਜਿਹੜਾ ਬੂਟਾ ਮਿਲ ਰਿਹਾ ਪਲੱਸ ਉੱਤੇ 30-35 ਰੁਪਏ ਦੀ ਸਬਸਿਡੀ ਹੈ, 0% ਇਨਵੈਸਟਮੈਂਟ ਹੈ ਜੀ। ਤੁਸੀਂ ਜ਼ਿਆਦਾ ਨਹੀਂ ਲਾਉਣਾ ਚਾਹੁੰਦੇ ਨਾ, ਤਾਂ ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਇਹ ਕਹਿੰਦਾ ਵੀ ਜ਼ਿਆਦਾ ਨਹੀਂ, ਕੋਈ 20-25 ਬੂਟੇ ਤੁਸੀਂ ਆਪਣੀ ਆੜ ਤੇ ਲਾ ਕੇ ਇਹਦੀ ਸ਼ੁਰੂਆਤ ਕਰੋ। 15 ਸਾਲ ਦੇ ਵਿੱਚ ਜੇ ਤੁਹਾਨੂੰ ਚੰਗਾ ਲੱਗ ਜਾਵੇ ਤਾਂ ਤੁਸੀਂ ਅੱਗੇ ਆਪਦੇ ਜਿਹੜੇ ਹੈਗੇ ਆ ਪਨੀਰੀ ਹੈਗੀ ਆ ਤੁਹਾਡੀ ਪੁੱਤ ਪੋਤਰੇ ਹੋਣੇ, ਉਹਨਾਂ ਨੂੰ ਕਹਿ ਦਿਆ ਜੇ ਭਾਈ ਮੇਰੇ ਤੋਂ ਗਲਤੀ ਹੋ ਗਈ ਸੀ, ਸਾਲ ਦੇ 15 ਸਾਲ ਪਹਿਲਾਂ ਮੈਂ 2 ਕਿੱਲੇ ਚੰਦਨ ਨਹੀਂ ਲਾਇਆ, ਮੈਂ ਸਿਰਫ 20 ਬੂਟੇ ਲਾਏ ਆ, ਉਹ ਇੰਨੇ ਮਹਿੰਗੇ ਵਿਕੇ ਆ, ਘੱਟੋ ਘੱਟ ਤੁਹਾਡੇ ਬਾਲ ਬੱਚੇ ਜਿਹੜੇ 15 ਸਾਲ ਬਾਅਦ ਇਹ ਗਲਤੀ ਨਹੀਂ ਕਰਨਗੇ। ਸੋ ਹੋਰ ਕੋਈ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਆਪਣੇ ਤਜਰਬੇ ਤੋਂ, ਜਾਂ ਇਹਦੇ ਬਾਰੇ ਜੋ ਹੋਰ ਸਾਨੂੰ ਨਹੀਂ ਪਤਾ ਹੈਗਾ ਤੁਹਾਨੂੰ ਪਤਾ ਉਸ ਚੀਜ਼ ਬਾਰੇ ਕੋਈ ਜਾਣਕਾਰੀ? ਬਸ ਦੂਜੇ ਤਾਂ ਵਾਤਾਵਰਨ ਸ਼ੁੱਧ ਕਰੂਗਾ। ਅੱਛਾ ਜੀ, ਮੈਂ ਪੁੰਨ ਵਾਲੇ ਫਲੀਆਂ, ਠੀਕ ਹੈ, ਅੱਜ ਵਾਤਾਵਰਨ ਦੇ ਵਿੱਚ ਸਾਰਾ ਪੰਜਾਬ ਕੀ ਪੂਰਾ ਦੇਸ਼ ਘਿਰਿਆ ਪਿਆ ਹੈਗਾ, ਪ੍ਰਦੂਸ਼ਿਤ ਹੋਇਆ ਪਿਆ, ਠੀਕ ਹੈ, ਉਸ ਨੂੰ ਸਾਫ਼ ਸੁਥਰਾ ਕਰਨਗੇ, ਠੀਕ ਹੈ, ਬਾਰਸਾਂ ਦੇ ਵਿੱਚ ਵਾਧਾ ਕਰਨਗੇ, ਆਪਣੀ ਆਮਦਨ ਦੇ ਵਿੱਚ ਵਾਧਾ ਕਰੂਗੀ। ਤਾਂ ਸਭ ਤੋਂ ਵੱਡੀ ਗੱਲ ਜਿਹੜਾ ਫਾਇਲ ਲੈਣ ਦਾ ਰੀਜ਼ਨ ਬਣ ਰਿਹਾ ਜੀ ਸਾਡੀ ਆਮਦਨ ਦੇ ਵਿੱਚ ਗਿਰਨਾ, ਵੀ ਸਾਡੀ ਇਨਕਮ ਹੈ ਜਿਹੜੀ ਗਿਰ ਰਹੀ ਹੈ। ਪਰ ਇਹਨਾਂ ਦਾ ਜਿਹੜਾ ਬਾਗ ਹੈ ਥੋੜ੍ਹਾ ਜਿਹਾ ਦਿਖਾਇਓ ਇਹਨਾਂ ਨੂੰ, ਦੇਖਿਓ ਇਹਦੇ ਬਹੁਤ ਜ਼ਿਆਦਾ ਵਰਾਇਟੀਜ਼ ਨੇ ਇਹਦੇ ਵਿੱਚ ਜਿਨ੍ਹਾਂ ਦੇ ਵਿੱਚ ਚੰਦਨ ਦੀ ਖੇਤੀ ਕਰ ਰਹੇ ਨੇ। ਸੋ 8 ਕਰੋੜ ਰੁਪਈਏ ਦੀ ਖੇਤੀ ਕਰਨ ਵਾਲਾ ਇਨਸਾਨ ਮੈਂ ਜ਼ਿੰਦਗੀ 'ਚ ਹੁਣ ਤੱਕ ਪਹਿਲੀ ਵਾਰੀ ਵੇਖਿਆ, ਤਾਂ ਮੈਂ ਚਾਹੁੰਦਾ ਕਿ ਹੋਰ 1,000,000 ਐਸੇ ਪੰਜਾਬ ਦੇ ਵਿੱਚ ਜੱਟ ਪੈਦਾ ਹੋਣ, ਕਿਸਾਨ ਪੈਦਾ ਹੋਣ, ਜਿਹੜੇ ਲੱਖਾਂ ਦੀ ਖੇਤੀ ਨਹੀਂ ਕਰੋੜਾਂ ਦੀ ਖੇਤੀ ਕਰਨ। ਸੋ ਬਹੁਤ ਬਹੁਤ ਧੰਨਵਾਦ, ਇਸ ਵੀਡੀਓ ਨੂੰ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਿਓ, ਸ਼ਾਇਦ ਇਹ ਸਾਡਾ ਭਵਿੱਖ ਬਦਲ ਸਕਦੀ ਹੈ। ਥੈਂਕ ਯੂ ਜੀ।